ਗਰੀਬੀ ਕਾਰਨ ਭਾਰਤ ਵਿੱਚ ਕਈ ਲੋਕ ਆਪਣਾ ਢਿੱਡ ਭਰਨ ਲਈ ਭੀਖ ਮੰਗ ਕੇ ਗੁਜ਼ਾਰਾ ਕਰਦੇ ਹਨ, ਪਰ ਪਠਾਨਕੋਟ ਵਿੱਚ ਇੱਕ ਅਜਿਹਾ ਭਿਖਾਰੀ ਵੀ ਹੈ ਜੋ ਭੀਖ ਮੰਗ ਕੇ ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵਿਅਕਤੀ ਦਾ ਬਹਾਦਰੀ ਭਰਿਆ ਕਾਰਨਾਮਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਹਨੇ ਲੋਕਾਂ ਕੋਲੋਂ ਭੀਖ ਮੰਗ ਕੇ ਟੁੱਟੀ ਹੋਈ ਪੁਲੀ ਦਾ ਨਿਰਮਾਣ ਕਰਵਾਇਆ। ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਸਰਕਾਰ ਦਾ ਕੰਮ ਹੈ, ਨਾ ਕਿ ਜਨਤਾ ਦਾ, ਕਿਉਂਕਿ ਜਨਤਾ ਤਾਂ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠਾਂ ਦੱਬ ਚੁੱਕੀ ਹੈ। 10-10 ਰੁਪਏ ਇਕੱਠੇ ਕਰਕੇ ਇਹ 15-20 ਜਿਹੜਾ ਕਿ ਗੌਰਮੈਂਟ ਦਾ ਕੰਮ ਸੀ, ਇਹ ਮੇਰਾ ਨਹੀਂ ਸੀ ਕਿ ਇਹ ਗੌਰਮੈਂਟ ਦਾ ਕੰਮ ਸੀ, ਜਿਹੜਾ ਕਿ ਇਹ ਮੈਂ ਆਪਣੇ ਮੰਗ ਕੇ ਭੀਖ ਮੰਗ ਕੇ ਮੈਂ ਆਪ ਕੀਤਾ ਹੈ ਕਿ ਇਹ ਗੌਰਮੈਂਟ ਨੂੰ ਚਾਹੀਦਾ ਸੀ ਕਿ ਜੋ ਪੁਲੀ ਤੋੜਦੇ ਨੇ ਫਿਰ ਇਹ ਬਣਾਉਂਦੇ ਨਹੀਂ, ਇਹ ਨਾਲਾ ਪੁੱਟ ਕੇ ਚਲੇ ਜਾਂਦੇ ਨੇ, ਫਿਰ ਜਨਤਾ ਨੂੰ ਮੁਸ਼ਕਿਲ ਹੁੰਦੀ ਹੈ, ਜਿਹੜੀ ਕਿ ਇਹ ਗੱਡੀਆਂ ਕਾਰਾਂ ਮੋਟਰਾਂ ਸਾਰੀਆਂ ਫਸ ਜਾਂਦੀਆਂ ਨੇ। ਹੋਰ ਕਿ 5-6 ਵਾਰੀ ਇੱਥੇ ਮੈਂ ਵੀ ਡਿੱਗਿਆ ਹਾਂ, ਮੈਂ ਕਈ ਵਾਰੀ ਡਿੱਗਿਆ ਹਾਂ ਇੱਥੇ, ਕਿਉਂਕਿ ਇਹ ਗੌਰਮੈਂਟ ਦਾ ਕੰਮ ਹੈ, ਗੌਰਮੈਂਟ ਕਰਦੀ ਨਹੀਂ। ਗੌਰਮੈਂਟ ਕਹਿੰਦੀ ਹੈ ਕਿ ਇਹ ਸਾਨੂੰ ਨਹੀਂ ਪਤਾ ਸਾਡੇ ਕੋਲ ਪੈਸੇ ਮੁੱਕ ਗਏ ਨੇ, ਪਰ ਇਹ ਗੌਰਮੈਂਟ ਆਪਣੀਆਂ ਕਮੀਆਂ ਦੱਸਦੀ ਨਹੀਂ ਹੈ, ਪੁੱਟ ਕੇ ਚਲੀ ਜਾਂਦੀ ਹੈ। ਜਦੋਂ ਕੋਈ ਅਫਸਰ ਆਉਂਦਾ 2 ਮਿੰਟ ਨਾਲ ਹੀ ਸਾਫ ਕਰਕੇ ਚਲੇ ਜਾਂਦੇ ਨੇ। ਫਿਰ ਇਹ ਉੱਪਰ ਜਿਹੜੀ ਟੈਲਾਂ ਰੱਖੀਆਂ ਨੇ, ਇਹ 15-20 ਹਜ਼ਾਰ ਰੁਪਈਆ ਮੈਂ ਆਪਣੇ ਮੰਗ ਕੇ ਲਾਇਆ। ਇਹਨਾਂ ਨੂੰ ਚਾਹੀਦਾ ਹੈ ਕਿ ਜਦੋਂ ਪੁੱਟ ਕੇ ਜਾਣ ਇਹ ਬਣਾ ਕੇ ਵੀ ਜਾਇਆ ਕਰਨ, ਲੇਕਿਨ ਮੇਰਾ 15-20 ਹਜ਼ਾਰ ਰੁਪਈਆ ਮੈਂ ਮੰਗ ਕੇ ਇੱਥੇ ਲਾਇਆ। ਫਿਰ ਵੀ ਮੈਂ ਗਰੀਬਾਂ ਕੁੜੀਆਂ ਦਾ ਵਿਆਹ ਵੀ ਹਰ ਸਾਲ ਉਹ ਕੁੜੀਆਂ ਵਿਆਹ ਵੀ ਕਰੀਦਾ ਹਰ ਸਾਲ, ਉਹਦੇ ਵਿੱਚ ਮੈਂ ਕੀ ਕਰਨਾ, ਲੋਕਾਂ ਕੋਲ ਪੈਸੇ ਇਕੱਠੇ ਕਰਦੇ ਆ, ਇਹ ਹੀ ਸੇਵਾ ਚਲਾ ਦਿੰਦਾ, ਕੋਈ ਮੇਰਾ ਕਾਰੋਬਾਰ ਨਹੀਂ ਕੋਈ, ਮੈਂ ਢਾਕੀ ਤੋਂ ਵਿੱਚ ਰਹਿੰਦਾ। ਸਰਕਾਰ ਅੱਗੇ ਇਹ ਮੰਗ ਕਰਦੇ ਆ ਕਿ ਪਾਜ ਬੰਦਾ ਉਹਨਾਂ ਨੂੰ ਤੁਸੀਂ ਉਹ ਆਪਣੇ ਪੈਸੇ 'ਤੇ ਮੰਗ ਕੇ ਜਿਹੜਾ ਗੁਜ਼ਾਰਾ ਕਰਿਆ ਉਹ ਲੋਕਾਂ ਵੱਲ ਦੇਖ ਕੇ, ਲੋਕਾਂ ਦੀ ਹਾਲਤ ਦੇਖ ਕੇ ਆਪਣੇ ਕੋਲ ਪੈਸੇ ਲਾ ਕੇ ਪੁਲੀ ਬਣਾ ਲਈ। ਔਰ ਪੁਲੀ ਬਣਾਉਣ ਦੇ ਵਿੱਚ ਕਿਉਂਕਿ ਸਰਕਾਰ ਦਾ ਕੰਮ ਸੀ, ਇਹ ਮੇਰਾ ਨਹੀਂ ਸੀ, ਫਿਰ ਵੀ ਮੈਨੂੰ ਤਰਸ ਆਇਆ ਕਿ ਮੈਂ ਪੁਲੀ ਬਣਾਉਣ ਦੀ ਕੋਸ਼ਿਸ਼ ਕੀਤੀ। ਕੰਮ ਸ਼ੁਰੂ ਕਰਾ ਕੇ ਮੈਂ ਮਿਸਤਰੀ ਨੂੰ ਆਪਣੇ ਕੋਲੋਂ ਦਿਹਾੜੀ ਦਿੱਤੀ, ਜਦ ਕਿ ਮੈਂ ਮੰਗ ਕੇ ਕਰਦਾ, ਜਦ ਮੈਂ ਕਿਸ ਤਰ੍ਹਾਂ ਵੀ ਕਰਦਾ, ਲੇਕਿਨ ਮੈਂ ਪੂਰਾ ਸਾਥ ਦਿੰਦਾ, ਕਿਉਂਕਿ ਮੈਂ ਆਪਣੇ ਵਾਸਤੇ ਕੁਛ ਜੋੜਿਆ ਨਹੀਂ ਹੈ, ਮੈਂ ਦੁਨੀਆਂ ਵਾਸਤੇ ਇਕੱਠਾ ਕਰਨਾ, ਸੇਵਾ ਚਲਾ ਦੇਣਾ। ਕਿਸੇ ਦਾ ਮਕਾਨ ਡਿੱਗਿਆ ਹੋਏ, ਕਿਸੇ ਬੱਚੇ ਦੀ ਸਕੂਲ ਦੀ ਫੀਸ ਨਹੀਂ ਦਿੱਤੀ ਜਾਂਦੀ, ਉਹ ਮੈਂ ਮੰਗ ਕੇ ਆਪਣੇ ਕੋਲੋਂ ਦੇਣਾ। ਇਹ ਬਹੁਤ ਵਧੀਆ ਕੰਮ ਕੀਤਾ ਮੁੰਡੇ ਨੇ, ਇਹ ਲੰਗਰ ਵੀ ਲਾਉਂਦਾ ਹਰ ਸਾਲ ਬਾਅਦ, ਜਗਰਾਤੇ ਕਰਾਉਂਦਾ ਆ, ਕੁਆਲੀ ਨੂੰ ਕਰਾਉਂਦਾ ਆ, ਮੰਗ ਕੇ ਹੀ ਪਤਾ ਉਹਨਾਂ ਪੈਸਿਆਂ ਨਾਲ ਹੀ ਇਹ ਕਰਾਉਂਦਾ ਜੀ। ਲੇਕਿਨ ਇਹ ਜਿਹੜੀ ਪੁਲੀ ਸੀ ਇਹ ਕਾਫੀ ਦੇਰ ਤੋਂ ਨਾਲਾ ਉਹਨਾਂ ਕੱਢਿਆ, ਅਤੇ ਉਹਨਾਂ ਨੇ ਨਹੀਂ ਮਤਲਬ ਸਲੈਮਾਂ ਚੜ੍ਹੀਆਂ ਉੱਤੇ। ਇਸ ਮੁੰਡੇ ਨੇ ਪੈਸੇ ਇਕੱਠੇ ਕਰਕੇ ਅਤੇ ਆਪੇ ਮਿਸਤਰੀ ਮਜ਼ਦੂਰ ਲਾ ਕੇ ਅਤੇ ਇਹਨੇ ਸਾਰੀ ਪੁਲੀ ਸਹੀ ਕਰਾਈ ਹੈ। ਪਿੱਛੇ ਸ਼ੌਕਰ ਬੜੇ ਰਹਿੰਦੇ ਆ ਸਾਡੇ ਇੱਧਰ LSV ਲਾਈਨ 'ਚ, ਇਹਨਾਂ ਨੇ ਕਿਸੇ ਦਾ ਖਿਆਲ ਨਹੀਂ ਆਇਆ। ਇਹਨਾਂ ਗੱਡੀਆਂ 2-3 ਪਈਆਂ ਨੇ, ਆਪ ਡਿੱਗਿਆ ਵਿਚਾਰਾ 2 ਵਾਰਾਂ ਇਹਦੇ 'ਚ, ਅਤੇ ਉਹ ਸਕੂਲਾਂ ਵਾਲੇ ਬੜੇ ਡਿੱਗਦੇ ਆ, ਲਾਗੇ ਕਾਲਜ ਹੈਗਾ ਇੱਥੇ, ਅਤੇ ਉਹਨਾਂ ਦੇ ਬੱਚੇ ਨਿਕਲਦੇ ਆ ਰੋਜ਼ ਇੱਥੋਂ ਤੋਂ ਵੀ ਬੜੇ ਔਖੇ ਨੇ ਇਸੋਂ, ਅਤੇ ਇਸ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਜੀ। ਆਪਣੇ ਲੰਗਰ ਕਰਵਾਉਂਦਾ ਹੈ ਸਾਰੇ, ਆਪਣੇ ਗਰੀਬ ਕੰਨਿਆਂ ਦੇ ਵਿਆਹ ਕਰਦਾ, ਦਾਨ ਕਰਦਾ ਉਹਨਾਂ ਨੂੰ ਪੈਸੇ। ਹਾਂਜੀ, ਧਾਗੂ ਰੋਡ ਆਪਣੇ ਸੜਕ ਦੇ ਕਿਨਾਰੇ ਬਹਿ ਕੇ ਗਰਾਈ ਕਰਦਾ ਹੈ, ਜੋ ਵੀ ਕੋਈ 5 ਕੋਈ 10 ਕੋਈ 50 ਰੁਪਏ ਦਿੰਦਾ ਇਹਨੂੰ, ਅਤੇ ਉਹੀ ਮੰਗ ਕੇ ਪੈਸੇ ਇਕੱਠੇ ਕਰਕੇ, ਅਤੇ ਗਰੀਬ ਲੋਕਾਂ ਦੀ ਜਿਹੜੀ ਬੇਟੀਆਂ ਦੇ ਵਿਆਹ ਹੁੰਦੇ ਆ
ਅਤੇ ਉਹਨਾਂ ਦੇ ਬੇਟੀਆਂ ਦੇ ਵਿਆਹ ਦੇ ਵਿੱਚ ਦਾਨ ਕਰਦਾ ਔਰ ਵਿੱਚ ਕਈ ਵਾਰੀ ਇਹ ਲੰਗਰ ਵੀ ਕਰਵਾਉਂਦਾ। ਇਹ ਮੇਨ ਗਲੀ ਐਲ ਐਸ ਏ ਦੀ, ਬਹੁਤ ਵਧੀਆ ਵਧੀਆ ਬੰਦੇ ਇੱਧਰ ਸਾਊਂਡ ਫਰਮਾਂ ਰਹਿੰਦੀਆਂ। ਅਤੇ ਇਹ ਕੋਈ ਵੀ ਕਮੇਟੀ ਕੋਈ ਵੀ ਸਭੂਕਾਰ ਬੰਦਾ ਇਹ ਪੁਲਿਸ ਨਹੀਂ ਬਣਵਾ ਸਕਿਆ। ਇਹ ਮੁੰਡਾ ਜਿਹੜਾ ਰਾਜੂ ਹੈ ਮੰਗਤਾ ਹੈ, ਮੰਗ ਮੰਗ ਕੇ ਪੈਸੇ ਇਕੱਠੇ ਕਰਕੇ ਇਹ ਪੂਰਾ ਇਹਨਾਂ ਨੇ ਮਿਸਤਰੀ ਲਾ ਕੇ ਮਜ਼ਦੂਰ ਲਾ ਕੇ ਇਹ ਪੁਲੀ ਇਹ ਸੈੱਟ ਕੀਤੀ ਹੈ। ਔਰ ਮੈਂ ਦੇਖਿਆ ਜਦੋਂ ਦੀ ਪੁਲੀ ਟੁੱਟੀ ਹੈ ਤਾਂ ਕੋਈ 15-20 ਗੱਡੀਆਂ ਇਹਦੇ ਵਿੱਚ ਪੁਲੀ 'ਚ ਪੈ ਗਈਆਂ ਨੇ, ਠੀਕ ਹੈ ਜੀ। ਔਰ ਬਹੁਤ ਵਧੀਆ ਕੰਮ ਕੀਤਾ ਨਾ ਮੁੰਡੇ ਨੇ। ਅਤੇ ਕਮੇਟੀ ਬਾਰੇ ਕੁਛ, ਕਮੇਟੀ ਦਾ ਤਾਂ ਕੋਈ ਪਤਾ ਹੀ ਨਹੀਂ ਵੀ ਉਹਨੂੰ ਕਰਨਾ ਜਾਂ ਨਹੀਂ ਕਰਨਾ। ਪੁਲੀਆਂ ਪੁੱਟ ਗਏ ਔਰ ਨਾਲਾ ਸਾਫ਼ ਕਰਕੇ ਪੁਲੀਆਂ ਪੁੱਟ ਕੇ ਅਤੇ ਸਾਈਡ 'ਤੇ ਰੱਖਤੀਆਂ ਔਰ ਬਾਕੀ ਬਹੁਤ ਵਧੀਆ ਕੰਮ ਕੀਤਾ ਮੁੰਡੇ ਨੇ।